ਸੰਦੌੜ ਏਰੀਏ ਦੇ ਵਿੱਚ ਵੱਖ ਵੱਖ ਕੇਸਾਂ ਵਿੱਚ ਲੋੜੀਂਦੇ ਹੈਪੀ ਗੈਂਗ ਦੇ ਇੱਕ ਖਤਰਨਾਕ ਗੈਂਗਸਟਰ ਜਿਨ੍ਹਾਂ ਨੇ ਇਲਾਕੇ ਦੇ ਵਿੱਚ ਬੜੀ ਦਹਿਸ਼ਤ ਮਚਾਈ ਹੋਈ ਸੀ। ਅੱਜ ਉਹਨਾਂ ਵਿੱਚੋਂ ਤਕਰੀਬਨ 5 ਮੈਂਬਰ ਨੇ ਜਿਹੜੇ ਉਹ ਮਲੇਰਕੋਟਲਾ ਪੁਲਿਸ ਦੇ ਅੜਿੱਕੇ ਆ ਗਏ। ਤੁਹਾਨੂੰ ਦੱਸ ਦਈਏ ਕਿ ਹੈਪੀ ਗੈਂਗ ਦੇ ਤਕਰੀਬਨ 20 ਦੇ ਕਰੀਬ ਜਿਹੜੇ ਦਹਿਸ਼ਤ ਫੈਲਾਉਣ ਵਾਲੇ ਮੈਂਬਰ ਸੀ, ਜਿਨ੍ਹਾਂ ਦੇ ਵਿੱਚੋਂ 5 ਮੈਂਬਰਾਂ ਨੂੰ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਅਤੇ ਇਹਨਾਂ ਉੱਤੇ ਵੱਖ ਵੱਖ ਧਾਰਾਵਾਂ ਦੇ ਤਹਿਤ ਪਰਚੇ ਵੀ ਦਰਜ ਸਨ। ਮਲੇਰਕੋਟਲਾ SSP ਗਗਨ ਅਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਕਾਫੀ ਸਮੇਂ ਤੋਂ ਇਹਨਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਪੁਲਿਸ ਪ੍ਰਸ਼ਾਸਨ ਕੋਲ ਮਿਲ ਰਹੀਆਂ ਸੀ। 21/7/24 ਨੂੰ ਪਰਚਾ ਦਰਜ ਹੋਇਆ ਸੀਗਾ, ਜਿਹਦੇ ਵਿੱਚ 17 ਮੁਲਜ਼ਮ ਸੀਗੇ ਟੋਟਲ। ਸੰਦੌੜ ਥਾਣੇ ਪਰਚਾ ਦਰਜ ਹੋਇਆ ਸੀਗਾ ਇਹ। ਇਹਦੇ 'ਚ ਜਿਹੜਾ ਜਿਹਨੂੰ ਇਹਨਾਂ ਨੇ ਕੁੱਟਿਆ ਸੀ ਉਹ ਜਸਵਿੰਦਰ ਸਿੰਘ ਸੀਗਾ, ਉਹ ਇੱਕ ਗੈਂਗ ਸੀਗਾ ਹਰਪ੍ਰੀਤ ਸਿੰਘ ਹੈਪੀ, ਇਹ ਮੇਨ ਇਹਨਾਂ ਦਾ ਐਕਿਊਜ਼ ਸੀਗਾ। ਅਤੇ ਬੜੀ ਦੇਰ ਤੋਂ ਲੱਗੇ ਹੋਏ ਸੀ, ਫਿਰ SPD DSPD ਅਤੇ CA ਇੰਚਾਰਜ ਦੇ ਨਾਲ SHO ਦੀ ਡਿਊਟੀ ਲਾਈ ਵੀ ਇਹੋ ਜਿਹੜੇ ਬੰਦੇ ਆ ਜਿਹੜੇ ਜ਼ਿਆਦਾ ਹੁੱਲੜਬਾਜ਼ੀ ਕਰਦੇ ਆ ਵੀ ਇਹਨਾਂ ਨੂੰ ਨੱਥ ਪਾਉਣ ਦੀ ਲੋੜ ਹੈ। ਅਤੇ ਇਹਨਾਂ ਨੇ ਬੜਾ ਅੱਛਾ ਕਰਕੇ ਇਹਦੇ ਵਿੱਚ ਆਲਰੇਡੀ ਪਹਿਲੇ 3 ਬੰਦੇ ਅਰੈਸਟਡ ਸੀਗੇ ਅਤੇ 5 ਬੰਦੇ ਹੋਰ ਅਰੈਸਟ ਕੀਤੇ ਆ। ਇਹਨਾਂ ਕੋਲੋਂ 2 ਕੱਟੇ ਵੀ ਰਿਕਵਰ ਹੋਏ ਆ, ਜਿਹਦੇ 'ਚ ਅਸੀਂ ਵਾਧਾ ਜੁਰਮ ਵੀ ਕੀਤਾ ਆਰਮਜ਼ ਐਕਟ ਦੇ ਅੰਡਰ, ਅਤੇ 1 ਗੱਡੀ ਰਿਕਵਰ ਹੋਈ ਹੈ। ਇਹ ਜ਼ਿਆਦਾ ਬੰਦੇ ਹੈਗੇ ਆ ਰਾਏਕੋਟ ਏਰੀਏ ਦੇ, ਇੱਧਰ ਆ ਕੇ ਵੀ ਹੁੱਲੜਬਾਜ਼ੀ ਕਰਦੇ ਸੀ। ਇਹਨਾਂ ਦੇ ਨਾਲ ਦੇ ਬੰਦੇ ਅਸੀਂ ਹੋਰ ਵੀ ਫੜਾਂਗੇ, ਅਤੇ ਜਿਹੜੇ ਵੀ ਮਲੇਰਕੋਟਲਾ ਦੇ ਏਰੀਏ ਦੇ ਵਿੱਚ ਕੋਈ ਇੱਦਾਂ ਦੀ ਬਦਮਾਸ਼ੀਆਂ ਕਰਨਗੇ ਜਾਂ ਹੁੱਲੜਬਾਜ਼ੀ ਕਰਨਗੇ, ਇੱਦਾਂ ਗੈਰ ਕਾਨੂੰਨੀ ਹਥਿਆਰ ਲੈ ਕੇ ਘੁੰਮਣਗੇ, ਉਹਨਾਂ 'ਤੇ ਪੁਲਿਸ ਸਾਡੀ ਸਖਤੀ ਨਾਲ ਕਾਰਵਾਈ ਕਰੂਗੀ। ਸੋ ਸਾਨੂੰ ਵੀ ਕਲੀਅਰ ਹੋ ਜੂਗਾ ਵੀ ਟੋਟਲ ਬੰਦੇ ਕਿੰਨੇ ਸੀਗੇ ਅਤੇ ਕਿਹੜੇ ਕਿਹੜੇ ਬੰਦੇ ਸੀਗੇ। ਪਰਚਾ 17 ਬੰਦਿਆਂ ਦਾ ਸੀ, 21/7/24 ਦਾ ਪਰਚਾ ਸੀ। ਇਹ ਬੜਾ ਮੁਸ਼ਕਿਲ ਨਾਲ ਜਿੱਦਣ ਦੇ ਮੈਂ ਵੀ ਜੁਆਇਨ ਕੀਤਾ ਸੀ ਉਦੋਂ ਤੋਂ ਲੱਗੇ ਹੋਏ ਅਸੀਂ ਵੀ ਇਹ ਬੰਦੇ ਫੜਨੇ ਬੜੇ ਜ਼ਰੂਰੀ ਆ। ਆਪਣੇ ਆਪ ਨੂੰ ਓਪਰੇਟ ਕਰ ਰਿਹਾ ਸੀਗਾ ਤੇ ਮੰਡੀਰ ਨਾਲ ਨਾਲ ਆਪਣੀ ਗੈਂਗ ਬਣਾ ਰਿਹਾ ਸੀ, ਮਤਲਬ ਕਾਟੇਜਸ ਹੈ ਜਿਹਨੂੰ ਆਪਾਂ ਕਹਿੰਦੇ ਜ਼ਿੰਦਾ ਰੌਂਦ। ਉਹ ਜਸਵਿੰਦਰ ਸਿੰਘ ਮਦਈ ਜਿਹੜਾ। ਸੋ ਬੇਸਿਕ ਇਹਨਾਂ ਨੂੰ ਫੜਨ ਦਾ ਇਹ ਸੀਗਾ ਵੀ ਇਹ ਸਾਨੂੰ ਵੀ ਇਨਫੋਰਮੇਸ਼ਨ ਮਿਲ ਰਹੀ ਸੀ ਵੀ ਹੁੱਲੜਬਾਜ਼ੀ ਹੈ ਬੰਦੇ ਇੱਦਾਂ ਦੇ ਹੋਰ ਵੱਖਰੇ ਵੱਖਰੇ ਥਾਵਾਂ 'ਤੇ। ਇਹਦੇ ਵਿੱਚ ਪਿਛਲੇ ਹੀ ਭੇਜ ਦਿੱਤਾ ਜਿਹੜਾ ਬੰਦਾ ਫੜਿਆ ਜਿਵੇਂ ਦੀਪਕ ਹੈ, ਉਹਦੇ 'ਤੇ ਆਲਰੇਡੀ 2 ਪਰਚੇ ਦਰਜ ਆ, 1 307 ਦਾ ਵੀ ਦਰਜ ਹੈ ਸੁਧਾਰ ਲੁਧਿਆਣੇ ਰੂਰਲ 'ਚ, ਅਤੇ 1 ਉਹਦੇ 'ਤੇ ਪਰਚਾ ਦਰਜ ਹੈ 379/411 ਦਾ। ਇਹਦੇ ਵਿੱਚ ਇੱਕ ਜਸ਼ਨਪ੍ਰੀਤ ਹੈ, ਉਹਦੇ 'ਚ ਵੀ ਉਹਦਾ ਵੀ ਪਰਚਾ ਦਰਜ ਹੈ। ਸੋ ਇਹ ਹੈਬਿਚੁਅਲ ਜੇ ਬੰਦੇ ਗੈਂਗ ਜਿਹਾ ਬਣਾ ਰਹੇ ਸੀ ਆਪਣੇ ਆਪ ਨੂੰ, ਵੀ ਲੋਕਾਂ ਅੱਗੇ ਪ੍ਰੋਜੈਕਟ ਕਰਦੇ ਸੀ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਰਾਤ ਧਮਕਾ ਕੇ ਕਬਜ਼ੇ ਲੈਣੇ ਇੱਦਾਂ ਦੇ। ਸੋ ਪਿੱਛੇ ਅਸੀਂ ਦਿੱਤਾ ਪਿਆ ਜੀ, ਨਹੀਂ 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 ਇੱਦਾਂ ਨਹੀਂ, ਇਹ ਤਾਂ ਮਤਲਬ ਇੰਡੀਪੈਂਡੈਂਟ ਆਪਣੇ ਆਪ ਨੂੰ ਹੁਣ ਮਤਲਬ
ਬਣਾ ਰਿਹਾ ਸੀਗਾ ਵੀ ਹੀਰੋ ਪੰਥੀ ਟਾਈਪ ਸ਼ੁਰੂ ਕੀਤੀ ਸੀ ਇਹਨੇ।